रोज होवे मुनादी ऐ उमा मुबारक जिस विच रोज होवे मुनादी पज लुटो रहमत पाक खुदा दी ऐ उमाम बारक जिस विच लैलतुल कदर है आई एक हजार महीने नालों वद के रब बनाई वाजिब उल एहतराम दोस्तों बुजुर्गों साथियों पर्दे अंदर बैठन वाली मेरी माओ और बहनों अल्लाह पाक दा बहुत बड़ा एहसान है कि जिस खाली को मालिक ने सानू मुसलमान बनाया अल्हम्दुलिल्लाह और उस अल्लाह दा लखां करोड़ हां शुक्र है कि जिस खालिक व मालिक ने आखरो जुमा नबी जनाब मोहम्मद सल्लल्लाहु अलैहि व आलिहि वसल्लम दा उम्मती बनाया है। मेरा खालिक मालिक राजिक दाता ऐसा समीउम बसीर अला कुल्ली शैन कदीर कि एक स्याह रंग दे पहाड़ उत्ते चलन वाली कीड़ी भी स्याह एक रात दा हंदेरा होवे दूसरा जमीन दियां तैवां होवन चलन वाली कीड़ी भी स्याह होवे किन्ने हंदेरे हो गए चार एक रात दा हंदेरा एक दरख्तां दा हंदेरा एक रात उस कीड़ी दा अपना हंदेरा यानी काली कीड़ी और एक जमीन दियां तैवां च पई चलदी है। मेरा खालिक मालिक राजिक दाता ऐसा समीउम बसीर है कि उस कीड़ी दी चलण दी आवाज नूं भी आसमाना ते बैठा पिया सुनदा है। उस अल्लाह दा लखां करोड़ हां शुक्र है कि जिस खाली को मालिक ने सानू दोबारा ए माहे रमजान दा महीना नसीब फरमाया और किन्ने लोग जेड़े पिछले रमजान साढ़े अंदर मौजूद सन लेकिन इस रमजान नजर नहीं आ रहे लोगों ए अल्लाह दा शुक्रिया अदा करया करो कि जिस खाली को मालिक ने ये दोबारा महीना साढ़े ते लैके आंदा है। किस वजह तो बंदे आ कोई गुनाह कीते या ते सच्चे दिल ना तौबा कर ले कोई खता कर लिया कोई मेरिया नाफरमानियां कर लिया ने सच्चे दिल ना तौबा तू कर ले मुआफिया दे कलम मैं रब फेर देगा। ओए माहे रमजान ए हर महीने नहीं आ जांदा एक साल तो बाद लोगां दे गुनाहां नूं मिटाण आंदा है और अल्लाह मैं दुआ करना अल्लाह जिवें असी रमजान दे अंदर तेरे घर च आके कुरान दी तिलावत करने आ तेरे घर च आके जिक्र अजकार करने आ तेरे घर च आके तस्बीहात करने आ तेरे घर च आके तहलीलात करदे आ तेरे
ਘਰ 'ਚ ਆ ਕੇ ਤਕਬੀਰਾਤ ਪੜ੍ਹਦੇ ਹਾਂ, ਤੇਰੇ ਘਰ 'ਚ ਆ ਕੇ ਨਮਾਜ਼ੇ ਤਰਾਵੀ ਅਦਾ ਕਰਦੇ ਹਾਂ। ਅੱਲਾ ਇਸੇ ਤਰ੍ਹਾਂ ਹੀ ਪੂਰਾ ਸਾਲ ਆਪਣੇ ਘਰ 'ਚ ਆਉਣ ਦੀ ਤੋਫੀਕ ਅਦਾ ਕਰਦੇ ਹਾਂ। ਦਰੂਦੋ ਸਲਾਮ ਇਮਾਮੁਲ ਹਰਮੈਨ ਸੈਯਦ ਸਕਲੈਨ ਮੇਰੇ ਔਰ ਤੁਸਾਂ ਦੇ ਪੀਰੋ ਮੁਰਸ਼ਦ ਜਨਾਬ ਮੁਹੰਮਦ ਸੱਲੱਲਾਹੁ ਅਲੈਹੀ ਵਾਲਿਹੀ ਵਸੱਲਮ ਦੀ ਜ਼ਾਤੇ ਗ੍ਰਾਮੀ ਤੇ ਹੋਣ। ਇਹਨੂੰ ਇੱਕ ਜਗ੍ਹਾ ਤੇ ਟਿਕਾ ਦਿਓ, ਬਸ ਫਿਰ ਨਾ ਹਲਾਇਆ ਜੇ। ਅੱਜ ਦਾ ਇਹ ਅਜ਼ੀਮੋ ਸ਼ਾਨ ਖੁਤਬਾ ਜੁਮਾਤੁਲ ਮੁਬਾਰਕ ਮੇਰੇ ਭਾਈ ਹਾਜੀ ਮੁਹੰਮਦ ਅਮੀਨ ਸਾਹਿਬ ਔਰ ਇਹਨਾਂ ਦੇ ਰੁਫਾਕਾ ਮੁੰਤਾਜ਼ਮੀਨ, ਅੱਲਾ ਸਭ ਦੀਆਂ ਮਿਹਨਤਾਂ ਕੋਸ਼ਿਸ਼ਾਂ ਕਾਵਿਸ਼ਾਂ ਔਰ ਇੰਤਜ਼ਾਮੀਆਂ ਦੀਆਂ ਮਿਹਨਤਾਂ ਆਪਣੀ ਬਾਰਗਾਹ ਦੇ ਅੰਦਰ ਕਬੂਲੋ ਮਨਜ਼ੂਰ ਫਰਮਾ ਕੇ ਅੱਲਾ ਜ਼ਰੀਆ ਨਿਜਾਤ ਬਣਾ ਦੇ। ਔਰ ਜਿਹੜੇ ਸਾਥੀ ਅਹਬਾਬ ਇਹਨਾਂ ਗਰਮੀ ਦੇ ਮੌਸਮ ਅੰਦਰ ਖੁਤਬਾ ਜੁਮਾ ਸੁਣਨ ਆਏ ਨੇ, ਅੱਲਾ ਸਭ ਦਾ ਆਨਾ ਇੱਕ ਕਦਮ ਚੱਲ ਕੇ ਆਪਣੀ ਬਾਰਗਾਹ ਦੇ ਅੰਦਰ ਕਬੂਲੋ ਮਨਜ਼ੂਰ ਫਰਮਾ ਲੈ। ਅਲਹਮਦੁਲਿਲਾ ਰਮਜ਼ਾਨੁਲ ਮੁਬਾਰਕ ਦਾ ਪਹਿਲਾ ਖੁਤਬਾ ਜੁਮਾਤੁਲ ਮੁਬਾਰਕ ਅਲਹਮਦੁਲਿਲਾ ਸ਼ੁਰੂ ਹੋ ਚੁੱਕਿਆ ਹੈ। ਔਰ ਅੱਲਾ ਦੇ ਕੋਲੋਂ ਦੁਆ ਕਰ ਲਈਏ, ਅੱਲਾ ਜੋ ਹੋ ਗਿਆ ਸੋ ਹੋ ਗਿਆ, ਅੱਲਾ ਜੋ ਗੁਨਾਹ ਕਰ ਲੈ ਸੋ ਕਰ ਲੈ, ਹੁਣ ਤੇਰੇ ਕੋਲੋਂ ਦੁਆ ਕਰਨੇ ਆ ਅੱਲਾ ਜ਼ਿਆਦਾ ਤੋਂ ਜ਼ਿਆਦਾ ਨੇਕੀਆਂ ਕਰਨ ਦੀ ਤੋਫੀਕ ਅਤਾ ਫਰਮਾ। ਰੱਬ ਦੇ ਕੁਰਾਨ ਨੇ ਮੇਰੇ ਜ਼ਿੰਮੇ ਜੋ ਨਵਾਨ ਲਗਾਇਆ ਗਿਆ ਸੀ ਉਹ ਇਹ ਸੀ ਕਿ ਫਜ਼ਾਇਲ ਰਮਜ਼ਾਨ ਰੋਜ਼ਿਆਂ ਦੀ ਫਜ਼ੀਲਤ, ਰਮਜ਼ਾਨੁਲ ਮੁਬਾਰਕ ਅੰਦਰ ਕੀਤੇ ਗਏ ਅਮਾਲ ਦੀ ਫਜ਼ੀਲਤ ਕੀ ਹੈ। ਲਓ ਰੱਬ ਦਾ ਕੁਰਾਨ ਸੁਣ ਲਓ ਅਤੇ ਆਪਣੇ ਈਮਾਨ ਤਾਜ਼ਾ ਕਰ ਲਓ। ਇਹ ਅੱਲਾ ਰੱਬ ਰਹਿਮਾਨ ਦੇ ਮੁਕੱਦਸ ਕੁਰਾਨ ਦਾ ਦੂਸਰਾ ਸੁਪਾਰਾ ਅਤੇ ਸੂਰਤ ਦਾ ਨਾਮ ਸੂਰਤੁਲ ਬਾਕਰਾ ਨਿਕਲ ਆਈਏ। ਅੱਲਾ ਫਰਮਾਉਂਦੇ ਨੇ ਯਾ ਅਯੂ ਅੱਲਜ਼ੀਨਾ ਆਮਨੂ, ਜ਼ਰਾ ਉੱਚੀ ਆਖੋ ਹਾਂ, ਇਵੇਂ ਕਹਿੰਦੇ ਰਹੋਗੇ ਆਖੋ ਇਨਸ਼ਾਅੱਲਾ। ਰੋਜ਼ਾ ਮੈਂ ਵੀ ਰੱਖਿਆ ਤੇ ਤੁਸੀਂ, ਤੇ ਜ਼ੋਰ ਮੇਰਾ ਤੁਹਾਡੇ ਨਾਲ ਬਹੁਤਾ ਲੱਗਣਾ, ਤੇ ਜ਼ਰਾ ਤੁਸੀਂ ਵੀ ਬੋਲ ਕੇ। ਅਕਾਲੀ ਸਲਾਮ ਨੇ ਫਰਮਾਇਆ ਕਿ ਜਿਹੜਾ ਬੰਦਾ ਰਮਜ਼ਾਨ 'ਚ ਇੱਕ ਨਫਲੀ ਕੰਮ ਕਰੇ ਨਾ, ਅੱਲਾ ਫਰਜ਼ ਦਾ ਸਵਾਬ ਦਿੰਦਾ, ਤੇ ਜਿਹੜਾ ਫਰਜ਼ੀ ਕਰੇ ਅੱਲਾ 70 ਫਰਜ਼ਾਂ ਦਾ ਸਵਾਬ ਦਿੰਦਾ। ਤੇ ਸੁਭਾਨ ਅੱਲਾ ਦਾ ਮਨ ਹੈ, ਅੱਲਾ ਤੂੰ ਪਾ ਕੇ ਬਾਰ ਬਾਰ ਆਖਾਂਗੇ, ਅੱਲਾ ਤੂੰ ਪਾ ਕੇ, ਅੱਲਾ ਤੂੰ ਪਾ ਕੇ। ਅੱਲਾ ਫਰਮਾਣਗੇ ਇਸ ਉਮਰ ਫਾਰੂਕ ਮਸਜਿਦ 'ਚ ਆਉਣ ਵਾਲਿਓ ਔਰ ਫੈਸਲਾਬਾਦ ਦੀ ਇਸ ਮਸਜਿਦ 'ਚ ਆਉਣ ਵਾਲਿਓ, ਅੱਜ ਤੋਂ ਬਾਅਦ ਮੈਂ ਵੀ ਤੁਹਾਨੂੰ ਗੁਨਾਹਾਂ ਤੋਂ ਪਾਕ ਕਰ ਦਿੱਤਾ। ਅੱਲਾ ਫਰਮਾਉਂਦੇ ਨੇ ਯਾ ਅਯੂ ਹੱਲਜ਼ੀਨਾ ਆਮਨੂ ਕੁਤਿਬਾ ਅਲੈਕੁਮੁਸ-ਸਿਆਮ ਕਮਾ ਕੁਤਿਬਾ ਅਲਲਜ਼ੀਨਾ ਮਿਨ ਕਬਲਿਕੁਮ ਲਅੱਲਕੁਮ ਤਤਕੂ। ਇਮਾਨ ਵਾਲਿਓ, ਅੱਲਾ ਨੇ ਇਮਾਨ ਵਾਲਿਆਂ ਨੂੰ ਮੁਖਾਤਬ ਫਰਮਾਇਆ, ਕਾਫਰਾਂ ਨੂੰ ਮੁਖਾਤਬ ਨਹੀਂ ਫਰਮਾਇਆ, ਮੁਸ਼ਰਕਾਂ ਨੂੰ ਮੁਖਾਤਬ ਨਹੀਂ ਫਰਮਾਇਆ, ਆਪਣਿਆਂ ਨੂੰ ਮੁਖਾਤਬ ਫਰਮਾ ਗਏ। ਅੱਲਾ ਨੇ ਇਸ ਚੀਜ਼ ਦਾ ਐਲਾਨ ਫਰਮਾ ਦਿੱਤਾ ਆਮਾਂ ਨੂੰ, ਐ ਇਮਾਨ ਵਾਲਿਓ, ਰੱਬੇ ਜ਼ੁਲ ਜਲਾਲ ਦੀ ਕਸਮ, ਆਮਿਨਾ ਦਿਲਾਲ ਜਨਾਬ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ। ਅਕਾਲੀ ਸਲਾਮ ਆਪਣੇ ਸਹਾਬਾ ਦੇ ਅੰਦਰ ਜਦੋਂ ਆਮਨੂ ਦਾ ਲਫ਼ਜ਼ ਬੋਲਦੇ ਸਹਾਬਾ ਚੁਕੰਨੇ ਹੋ ਜਾਂਦੇ, ਸਾਡੇ ਵਾਸਤੇ ਕੋਈ ਨਵਾਂ ਆਰਡਰ ਆ ਗਿਆ ਏ, ਸਾਡੇ ਵਾਸਤੇ ਕੋਈ ਨਵਾਂ ਪੈਗਾਮ ਆ ਗਿਆ ਏ। ਤੇ ਇਮਾਨ ਵਾਲੇ ਤੁਸੀਂ ਬੈਠੇ ਜੇ ਜਿਹੜੇ ਰੋਜ਼ੇ ਰੱਖਦੇ ਹੋ, ਜਿਹੜੇ ਨਮਾਜ਼ਾਂ ਪੜ੍ਹਦੇ ਹੋ, ਅੱਲਾ ਵੀ ਤੁਹਾਨੂੰ ਮੁਖਾਤਬ ਕਰਕੇ ਐਲਾਨ ਫਰਮਾ ਰਿਹਾ, ਯਾ ਅਯੂ ਹੱਲਜ਼ੀਨਾ ਆਮਨੂ,
ایمان والے ہو، اے ایمان دا دعویٰ کرنے والو، تسی آکھو گے ایمان والے کنوں آکھے آ جاندے، ایتھے تے جیڑا کلمہ پڑھ لے آندے میں وی مسلمان آ، جنے کدی مسجد دا منہ نہیں ویکھیا او وی آندے میں وی مسلمان آ، جنے کدی روزے نہیں رکھے او وی آندے میں وی مسلمان آ، جنے کدی نماز نہیں پڑھی او وی آندے میں مسلمان آ، او جنے کدی کوئی نیکی دا کام نہیں کیتا او وی آندے میں مسلمان آ، او وی آندے میں ایمان والا، اور رب ذوالجلال دی قسم ایک ایمان والا ہوے، ایک بندہ مسلمان ہوے او دے اندر زمین و آسمان دا فرق ہے، ایک مومن منہ کہلاندا ہے، ایک مومنا والے کام کر کے وکھاندا ہے، تے اللہ نے نا سورت انفال اندر اس چیز دا اعلان کر دیتا ایمان والے کون نے، فرمایا انما المؤمنون الذین اذا ذکر اللہ وجلت قلوبهم اذا ذکر اللہ وجلت قلوبهم واذا تلیت علیہم آیات زادتهم ایمانا وهم علی ربهم یتوکلون. اللہ فرماندے نے مومن کون ہے، مومن دیاں تین نشانیاں اللہ نے قرآن دے اندر اعلان فرمایا ہے، فرمایا مومنا دی پہلی نشانی اے واجلت قلوبہم، جدو میرے قرآن دیاں تلاوتاں کیتیاں جاندیاں نے، میرے قرآن نو پڑھیا جاندا ہے، ادو اوناں دے دل رو پیندے نے، اوناں دیاں اکھاں دے اندروں آنسو آ جاندے نے، رب ذوالجلال دی قسم ہے جیڑا بندہ تراویاں ادا کردا ہے، میں آنا جنوں ترجمہ آندا ہے قرآن دا، او دیاں تے کیا باتاں نے، او بندہ جدوں مسجد چ آ کے حافظ قرآن پیچھے قاری قرآن پیچھے کھڑا ہو جاندا ہے، حافظ قرآن پڑھی جاندا ہے، اے قرآن سنی جاندا ہے، جے اینوں ترجمہ آندا ہووے پھر تے مزہ ہی کیا ہے، پھر تے نماز چ کھڑوں دا اپنا ہی سواد ہے، تے میں کی آنا واہ واہ لذت رات کھلونے دی، جدو ہاتھ بن کے کھڑو جائیے نا رب سامنے، اللہ میں آ گیا، میں کام کار بھی چھڑ دیتے، اللہ کاروبار بھی چھڑ دیتے، آ تیرے گھر چ آ کے کھڑوتا، میں سمجھ لیا ہے رمضان آ گیا ہے، اے گناواں نو مٹان آ گیا ہے، تے واہ واہ لذت رات کھلونے دی، جڑے کھلوندے او آکھو سبحان اللہ، تے کئی ماشاءاللہ نا بھجی دو تین چار روزے ننگ جان نا، جب پندرہ بہتوں کی مسیتے ہوندے بعد چھٹی کر جانا، چلو جدو مکن گیا ادو چلتے رہانگے، جا آخری چار پانچ دن رہ گئے نا ادو جا کے تراویاں پڑھ لیں گے، شروع تے پڑھ لیں تے اینڈ تے، نا نا بندے اللہ نے توفیق دیتی ہے تے ساریاں پڑھ، فرمایا من کام رمضان ایمان و احتساب غفر له ما تقدم من ذنبه، فرماندے نے جیڑے بندے نے قیام کیتا یعنی تراویاں ادا کیتیاں ماہ رمضان اندر قیام آ کے کیتا، اللہ اس بندے دے پچھلے سارے گناہ معاف فرما دیندے، کنا سوا واہ واہ لذت رات کھلونے دی،
हाथ बन के कैदी होने दी सोने रब दे अगे खलोने दी ओ वावा लज्जत रात के आमंदर वावा नशे ने ऐस जामंदर लज्जत रात खलोने दी सोने रब दे अगे रोने दी रब जुलजलाल दी कसम आमिना दे लाल जनाब मोहम्मद सल्लल्लाहु अलैहि वसल्लम ने फरमाया रब्बे जुलजलाल दी कसम है जेड़ा ईमान वाला मोमन बंदा ए जदों पीछे कड़ा हो जांदा हाफिज़े कुरान जदों जन्नत दियां आयतां पढ़दा ए मुस्कुरा पैंदा जदों अज़ाबां दियां आयतां पढ़दा उदों रो पैंदा ओदे अखां चो आंसू आ जांदे ने रब्बे जुलजलाल दी कसम है मस्जिद च खड़ा होया कर ते इवें खड़ा होया कर ए ना होवे मस्जिद च ते खड़ोते हिसाबो किताब दुकान दे खड़ोता मसीते कारोबार दियां पिया सोचदा पर रब्बे जुलजलाल दी कसम है मैं ए वी दसदा जावा मेरे नबी दे यारां दी इबादत कैसी इबादत सी एक दिन दा वक्त आमिना दे लाल जनाब मोहम्मद सल्लल्लाहु अलैहि वसल्लम एक जगह ते जा रहे ने नाल सहाबा भी ने अकाली सलाम ने एक जगह ते पड़ाव डालिया ते जगह दे पीर ने दोवां सहाबा दी ड्यूटी ला दिती ए प्यारे सहाबियो तुसी अज रात सारी पैरा देने दो सहाबा दी पैरेदारी ला दिती चौकीदारी ला दिती दो सहाबा ने पैरा देना शुरू कर दिता मेरा नबी भी सौंगे ते आप दे यार भी सौंगे ए दोनों सहाबा ने पैरा देना शुरू कर दिता एक आंदा यार अपा रात दे सारी गुजारनी है ते क्यों ना होवे अद्धी रात मैं सोला ते तू पैरा दे ले फिर तू सो जाई ते मैं पैरा दे लांगा एक दोवां चो सो गया दूसरे ने पैरा देना शुरू कर दिता ए पैरा दिती जा रहा है आंदे मैं इवें जा के रात जो गुजारनी है ते क्यों ना होवे मैं मुसल्ला डाला ते अल्लाह दे नाल चंद गल्लां ही कर लां इवें गल है पर साडी इवें गल नहीं असी आने यार टाइम लगाना कि झट फिल्म ला लो झट नहर ते नहाइए चलो रोजा दे टाइम नहीं लंघदा पिया ए नहीं आंदे कुरान पढ़ लईए कोई जिक्र अजकार कर लईए पर मेरे नबी दा यार आंदा मैं रात जो गुजारनी है जागे ते क्यों ना होवे मैं रब नाल चार गल्ला कर ला फिर मैं आना अल्लाह सानू वे हो जिया नबी दा यार बना दे जरा उच्ची कह दे हां अल्लाह इवें दा नबी दा यार बना दे और जिन्ना जिन्ना आका नाल लाइया यारियां अल्लाह सानू भी नबी दा यार जरा उच्ची कह दे आ जिया में और जिन्ना जिन्ना आका नाल जिन्ना जिन्ना आका नाल लाइया यारियां आमिना दे लाल जाइया जिम्मेदारियां ओ पहले पहले सुने सिद्दीक बन गए गार ते मजार दे रफीक बन गए ताबेदारा कीतिया ने ताबेदारियां ताबेदारा कीतिया ने ताबेदारियां जिन्ना जिन्ना आका ना लाइया यारियां आमिना दे लाल चाइया जिम्मेदारियां ओ हर किसे रब कोलो हुजूर मंगेया
ਸਕੂਲ ਮੰਗਿਆ ਹਰ ਕਿਸੇ ਰੱਬ ਕੋਲੋ ਹਜ਼ੂਰ ਮੰਗਿਆ ਉਮਰ ਨੂੰ ਹੈਗਾ ਖੁਦ ਰਸੂਲ ਮੰਗਿਆ ਉਮਰ ਨੇ ਆਕਾ ਦੀਆਂ ਅੱਖੀਆਂ ਠਾਰੀਆਂ ਜਿੰਨਾ ਜਿੰਨਾ ਆਕਾ ਨਾਲ ਲਾਈਆਂ ਯਾਰੀਆਂ ਆਮਿਨਾ ਦੇ ਲਾਲ ਜਾਈਆਂ ਜ਼ਿੰਮੇਦਾਰੀਆਂ ਉਹ ਆਇਆ ਉਸ ਮਾਨ ਮਿਲ ਸ਼ਾਨ ਵਕਰੀ ਆਇਆ ਉਸ ਮਾਨ ਮਿਲ ਸ਼ਾਨ ਵਕਰੀ ਆਕਾ ਦਿੱਤੀ ਜੰਨਤ ਦੀ ਖੁਸ਼ਖਬਰੀ ਉਮੇ ਕਲ ਸੁਮਤੇ ਉਮੇ ਕਲ ਸੁਮਤੇ ਰੁਕਈਆ ਵਾਰੀਆਂ ਜਿੰਨਾ ਜਿੰਨਾ ਆਕਾ ਨਾਲ ਲਾਈਆਂ ਯਾਰੀਆਂ ਆਮਿਨਾ ਦੇ ਲਾਲ ਚਾਈਆਂ ਜ਼ਿੰਮੇਦਾਰੀਆਂ ਉਹ ਪਿਆਰ ਵਿੱਚ ਸਾਈਂ ਅਬੂ ਤੁਰਾਬ ਆਖਿਆ ਪਿਆਰ ਵਿੱਚ ਸਾਈਂ ਅਬੂ ਤੁਰਾਬ ਆਖਿਆ ਸ਼ੇਰ ਦਿਲ ਹੈਦਰ ਕਰਾਰ ਆਖਿਆ ਤੇ ਯਾਰ ਕੋਲੋਂ ਕੀਤੀ ਆਨਾ ਇਨਕਾਰੀਆਂ ਜਿੰਨਾ ਜਿੰਨਾ ਆਕਾ ਨਾਲ ਲਾਈਆਂ ਯਾਰੀਆਂ ਰੱਬੇ ਜ਼ੁਲ ਜਲਾਲ ਦੀ ਕਸਮੇ ਇਹ ਮੇਰੇ ਨਬੀ ਦੇ ਯਾਰ ਇਹ ਜਿਹੜਾ ਪੈਰਾ ਪਿਆ ਦਿੰਦਾ ਇਧਰੋਂ ਇੱਕ ਕਾਫਰ ਨੇ ਵੇਖਿਆ ਕਿ ਨਬੀ ਦਾ ਸਪਾਹੀ ਖੜਾ ਨਬੀ ਦਾ ਯਾਰ ਖੜਾ ਇਹਨੇ ਇੰਜ ਕਰਕੇ ਨੇਜ਼ਾ ਮਾਰਿਆ ਮੇਰੇ ਨਬੀ ਦੇ ਯਾਰ ਦੇ ਆ ਕੇ ਸੀਨੇ ਚ ਪਵਸਤੋ ਜਾਂਦਾ ਇਹਨੇ ਆਪਣੇ ਹੱਥ ਨਾਲ ਕੱਢ ਕੇ ਬਾਹਰ ਸੁੱਟ ਦਿੱਤਾ ਫਿਰ ਇਹਨੇ ਦੂਸਰਾ ਤੀਰ ਮਾਰਿਆ ਉਹ ਵੀ ਇਹਨੇ ਕੱਢ ਕੇ ਬਾਹਰ ਸੁੱਟ ਦਿੱਤਾ ਫਿਰ ਤੀਸਰਾ ਤੀਰ ਮਾਰਿਆ ਇਹ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਜਾਂਦਾ ਤੇ ਇਹਦੇ ਯਾਰ ਨੂੰ ਜਾਗ ਆਈ ਜਲਦੀ ਦੇ ਨਾਲ ਉੱਠਿਆ ਆਂਦਾ ਯਾਰ ਕੀ ਗੱਲ ਤੇਰੇ ਤੀਰ ਪਏ ਵੱਜਦੇ ਸਨ ਤੂੰ ਮੈਨੂੰ ਜਗਾਇਆ ਹੀ ਨਹੀਂ ਤੂੰ ਮੈਨੂੰ ਬੇਦਾਰ ਕਰ ਦਿੰਦਾ ਚਲੋ ਮੈਂ ਤੇਰੀਆਂ ਮਦਦ ਕਰ ਦਿੰਦਾ ਆਂਦਾ ਯਾਰ ਮੈਂ ਤੈਨੂੰ ਕੀ ਦੱਸਾਂ ਤੇ ਕੀ ਨਾ ਦੱਸਾਂ ਮੈਂ ਆਪਣੇ ਰੱਬ ਦੇ ਨਾਲ ਇੰਨਾ ਹਮ ਗੁਫ਼ਤਗੂ ਸਾਂ ਕਿ ਮੇਰਾ ਦਿਲ ਹੀ ਨਹੀਂ ਕੀਤਾ ਮੈਂ ਨਿਮਾਜ਼ ਛੱਡ ਦੇਵਾਂ ਮੇਰੇ ਤੇ ਇੰਨੀ ਕੁ ਦਰਦ ਆਉਂਦੀ ਸੀ ਜਿਵੇਂ ਇੱਕ ਚੂੰਟੀ ਨੇ ਦੰਦੀ ਵੱਡੀ ਆਉਂਦੀ ਹੈ ਮੈਨੂੰ ਤੇ ਪਤਾ ਨਹੀਂ ਮੇਰੇ ਤੀਰ ਪਏ ਵੱਜਦੇ ਨੇ ਲੋਗੋ ਉਹਨਾਂ ਦੀ ਨਿਮਾਜ਼ ਤੇ ਸਾਡੀ ਨਮਾਜ਼ ਅੰਦਰ ਬੜਾ ਹੀ ਫਰਕ ਹੈ ਰੱਬੇ ਜ਼ੁਲ ਜਲਾਲ ਦੀ ਕਸਮ ਹੈ ਮੈਂ ਇਹ ਤਾਂ ਪਿਆ ਦੱਸਦਾ ਬੰਦਿਆ ਨਮਾਜ਼ ਵੀ ਪੜ੍ਹਨੀ ਹੈ ਤੇ ਸਹਾਬਾ ਵਾਲੀ ਆਖੋ ਇਨਸ਼ਾਅੱਲਾ ਨਮਾਜ਼ ਵੀ ਪੜ੍ਹਨੀ ਹੈ ਤੇ ਸਹਾਬਾ ਵਾਲੀ ਨੇਕੀ ਵੀ ਕਰਨੀ ਹੈ ਤੇ ਉਹਨਾਂ ਵਾਲੀ ਅਗਰ ਰੋਜ਼ੇ ਵੀ ਰੱਖਣੇ ਨੇ ਤੇ ਉਹਨਾਂ ਤਰ੍ਹਾਂ ਰੱਖਣੇ ਨੇ ਅੱਜ ਕੱਲ੍ਹ ਤੇ ਸਾਨੂੰ ਸਹੂਲਤਾਂ ਹੀ ਬੜੀਆਂ ਮਿਲ ਗਈਆਂ ਆਹ ਪੱਖੇ ਚੱਲ ਗਏ ਏ ਸੀ ਲੱਗ ਗਏ ਸਾਡੇ ਲਈ ਸਹੂਲਤਾਂ ਬਣ ਗਈਆਂ ਪਰ ਰੱਬੇ ਜ਼ੁਲ ਜਲਾਲ ਦੀ ਕਸਮ ਹੈ ਉਦੋਂ ਤੇ ਸ਼ਾਮ ਵੀ ਨਹੀਂ ਲੱਭਦੀ ਸੀ ਉਦੋਂ ਗਰਮੀ ਸ਼ਦੀਦ ਹੋਇਆ ਕਰਦੀ ਸੀ ਲੋਗੋ ਗਜ਼ਵਾ ਬਦਰ ਹੋਇਆ ਤੇ ਰਮਜ਼ਾਨ ਅੰਦਰ ਹੋਇਆ ਤੇ ਆਮਿਨਾ ਦੇ ਲਾਲ ਅਲੀ ਸਲਾਮ ਨੇ ਫਰਮਾਇਆ ਕਿ ਕੁਰਾਨ ਵੀ ਆਇਆ ਤੇ ਰਮਜ਼ਾਨ ਚ ਆਇਆ ਕਿਦੋਂ ਆਇਆ ਰਮਜ਼ਾਨ ਚ ਆਇਆ ਅੱਲਾ ਫਰਮਾਉਂਦੇ ਨੇ ਸ਼ਹਰੁ ਰਮਜ਼ਾਨ ਅੱਲਜ਼ੀ ਉਨਜ਼ਿਲਾ ਫੀਲ ਕੁਰਾਨ ਹੁਦਲਿਨ ਨਾਜ਼ੀ ਵਬੈਨਾਤਿ ਮਿਨਲ ਹੁਦਾ ਵਲ ਫੁਰਕਾਨ ਇਹ ਕੁਰਾਨ ਆਇਆ ਰਮਜ਼ਾਨ ਅੰਦਰ ਆਇਆ
रब्बे जुलजलाल दी कसम है, आमिना दे लाल अली सलाम ने फरमाया, जगां दे पीर अली सलाम फरमांदे ने, इस्लाम दी बुनियाद पंजां चीजां ते रखी गई है। किन्नियां ते? सारे आखो हां। पंजां चीजां ते पहली चीज केड़ी है? शहादत अल्लाह इलाहा। गूंज पैदा हो जाए, अल्लाह दा नाम बुलंद हो जाए, शहादत अल्लाह इलाहा इल्लल्लाह व अन्न मुहम्मदर रसूलुल्लाह। पहली इस चीज दी गवाही देना है, एक अल्लाह तो इलावा हाजत रवा कोई नहीं जे, एक अल्लाह तो इलावा मुश्किल कुशा कोई नहीं जे, एक अल्लाह तो इलावा रिजक बख्श कोई नहीं जे, एक अल्लाह तो इलावा औलाद बख्श कोई नहीं जे, एक अल्लाह तो इलावा डुबियां तारन वाला कोई नहीं जे, एक अल्लाह तो इलावा तारदियां डोबण वाला कोई नहीं जे। ये सारा कुछ कर दे ते कौन? ये सारा कुछ कर दे ते अरशां वाला रब कर दे। रब्बे जुलजलाल दी कसम है, आमिना दे लाल जनाबे मुहम्मद सल्लल्लाहु अलैहि वसल्लम, मेरे आका ने भी यही तौहीद दा ऐलान कीता। आका अली सलाम कोहे सफा ते चढ़ गए, आका फरमांदे ने हे मक्के वाले हो, आका ने ना बुलंद आवाज नाल आवाज मारी, या सबा, आका ने आवाज मारी, जिथे तक भी आवाज पहुंची सारे ही आए, कोई आप नहीं गया। उन्हें आखिया यार तू चला जा, चल गाली सुन के आ जा, जिवें आपां इत्थे कह देने ना यार मेरा टाइम नहीं, चल तू हो आ, पता नहीं वो की आंदा, चल तू मेरी जगह ते उत्थे चला जा। मक्के वाले ने इंज सारे जमा हो गए, जेड़ा कोई आप ना ना गया उन्हें अपना कासद भेज दिता, जा यार गल ते सुन के आओ, ओ नबी ने आवाज मारी आंदा की है। आका अली सलाम कोहे सफा ते चढ़े ने, आका आंदे ने ए मक्के वाले हो, मैं तुआडे अंदर लड़कपन भी गुजारिया, बचपना भी गुजारिया, जवानी भी गुजारी, ए मक्के वाले हो, मैं तुआडे च एक दिन नहीं, एक महीना नहीं, एक साल नहीं, बल्कि जिंदगी दे 40 साल गुजारे ने। किन्ने साल? 40 साल गुजारे ने। ए मक्के वाले हो, मैनू ए तां दसो की दसीए, हल वजत मोनी सादिकन औ काजिबा। मक्के वाले हो, मैनू ए तां दसो, मैं बचपन गुजारिया तुहाडे च, मैं जवानी गुजारी तुहाडे च, मैं लटकपन गुजारिया तुहाडे च, मैनू ए तां दसो, मैं कदी किसे नू मंदा भी आखिया जे, कदी किसे नू गाली भी दिती आ, कदी मेरी जुबान तो कदी झूठ भी निकलिया जे। साडे च कोई उठ के कह सकदा मैं 40 साल गुजारे, दसो खा मैं कदी झूठ मारिया होवे, कदी किसे नू मंदा आखिया होए। आका इस्लाम फरमांदे ने मक्के वाले हो, मैं तुहाडे अंदर 40 साल गुजार चुके हां, मैनू ए तां दसो सचियां पाया के झूठियां पाया। ते सारे मक्के वाले आंदे ने मा जरब ना आगा इल्ला सिदकन अमीना। ए मुहम्मद
درود دی گونج پیدا ہو جائے. صلی اللہ علیہ وسلم آقا علیہ السلام آندے نے دسو ہاں مکے والے ہو تے سارے مکے والے آندے نے اے محمد اسی تے تینوں سچے آئی پایا اسی تے تینوں اماندار پایا اسی تے تینوں دیاندار پایا تیری زبان تو کدی اچھی جھوٹ نہیں سنیا تیری زبان تو اسی کدی غلط گل نہیں سنی تے آقا آندے نے مکے والے ہو جے میں آکھاں آ جڑی پہاڑی تے میں کھڑاواں اے دی دوسری سائڈ تو ایک لشکر آ رہا ہے تواڈے تے حملہ کرن والا ہے. اے مکے والے او دسو تے صحیح اگے بڑھ کے آپ ویکھو گے یا میری کئی گل تے ایمان لے آؤ گے. تے آندے نے محمد صلی اللہ علیہ وسلم جے 40 سال دے طویل عرصے اندر تیری زبان تو جھوٹ نہیں سنیا تیری زبان تو غلط گل نہیں سنی تے اج بھی گل غلط ہو سکدی. تے آقا نے پھر اعلان کیتا مکے والیو میں کس مقصد تو تانوں بلایا. آقا آندے نے یا ایوہ الناس قولوا لا الہ الا اللہ. اے مکے والیو میں کوہ صفا تے چڑھ کے اعلان پیا کرنا ایک اللہ تو علاوہ حاج تروا کوئی نہیں جے ایک اللہ تو علاوہ مشکل کشا کوئی نہیں جے ایک اللہ تو علاوہ کوئی کچھ نہیں کر سکدا. یہی میرے آقا نے پیغام سنایا تے دنیا والیاں نو بھی اسے چیز دا حکم دیتا ہے. کیڑی چیز دا؟ اسلام دی بنیاد چو پہلی بنیاد کیڑی ہے؟ شہادت اللہ الہ الا اللہ و ان محمد رسول اللہ. محمد صلی اللہ علیہ وسلم اللہ دے رسول نے. تے دوسری چیز اقام الصلاۃ نماز نو قائم کرنا ہے و ایتا الزکات زکات نو ادا کرنا ہے و صوم رمضان رمضان دے بولو ہن تھوڑے بول دیو رمضان دے کیوں کہ رکھ دے تھوڑے ہو سارے آکھو گا رمضان دے روزے رکھنے نے اللہ جڑے رکھ دے نے انہاں نو رکھن دی توفیق دے تے جڑے نہیں رکھ دی انہاں نو بھی رکھن دی توفیق دے. اللہ جڑے رکھ دے انہاں نو صبر عطا فرما اللہ جڑے نہیں رکھ دے اللہ توفیق عطا کر دے. رب ذوالجلال دی قسم ہے آمینہ دلال جناب محمد صلی اللہ علیہ وسلم نے فرمایا اے دنیا جہان دیو لوگو فرمایا اذا دخل رمضان فتحت ابواب السماء وغلقت ابواب جہنم وسلسلۃ الشیاطین. فرمایا جدو رمضان شروع ہوندا ہے رمضان دا مہینہ شروع ہوندا ہے فتحت ابواب السماء آسمان دے دروازے کھول دیتے جاندے نے. ایک حدیث ہوندا ہے کہ جنت دے دروازے کھول دیتے جاندے نے واغلقت ابواب جہنم جہنم دے دروازے بند ہو جاندے نے وسلسلت الشیاطین شیطاناں نو جکڑ دیتا جاندا ہے جنہاں نو بن دیتا جاندا ہے شیطاناں نو جکڑیا جاندا ہے. رب ذوالجلال دی قسم ہے آمینہ دے لال علیہ السلام نے فرمایا الصوم جنۃ روزہ لوگو ٹالے ٹالے
ਇਹ ਜਹੰਨਮ ਦੇ ਕੋਲੋਂ ਬਚਾਏਗਾ, ਜਹੰਨਮ ਦੇ ਕੋਲੋਂ ਦੂਰ ਕਰੇਗਾ। ਜੱਗਾਂ ਦੇ ਪੀਰ ਫਰਮਾਉਂਦੇ ਨੇ ਇਹ ਰਮਜ਼ਾਨ ਦੀ ਤੇ ਰੋਜ਼ਿਆਂ ਦੀ ਫਜ਼ੀਲਤ ਪਿਆ ਦੱਸਣਾ। ਆਮਿਨਾ ਦੇ ਲਾਲ ਅਲੀ ਸਲਾਮ ਨੇ ਫਰਮਾਇਆ ਕਿ ਜਿਹੜਾ ਬੰਦਾ ਇੱਕ ਰੋਜ਼ਾ ਰੱਖੇ, ਕਿੰਨੇ? ਇੱਕ ਰੋਜ਼ਾ ਰੱਬ ਦੀ ਰਜ਼ਾ ਵਾਸਤੇ। ਅਕਾਲੀ ਸਲਾਮ ਨੇ ਫਰਮਾਇਆ ਅੱਲਾ ਉਸ ਬੰਦੇ ਨੂੰ ਜਹੰਨਮ ਤੋਂ 70 ਸਾਲ ਦੀ ਮੁਸਾਫਤ ਦੂਰ ਕਰ ਦਿੰਦਾ ਇੱਕ ਰੋਜ਼ਾ, ਸਿਰਫ ਰੱਬ ਦੀ ਰਜ਼ਾ ਦੀ ਖਾਤਰ। ਸਾਰੀ ਦਿਹਾੜੀ ਭੁੱਖਿਆਂ ਪਿਆਸਿਆਂ ਗੁਜ਼ਾਰ ਕੇ, ਨਾ ਕੁਝ ਖਾਣਾ, ਨਾ ਕੁਝ ਪੀਣਾ, ਨਾ ਗਾਲੀ ਨਿਕਾਲਣੀ, ਨਾ ਕਿਸੇ ਨੂੰ ਮੰਦਾ ਆਖਣਾ, ਨਾ ਕਿਸੇ ਨੂੰ ਬੁਰਾ ਆਖਣਾ, ਨਾ ਕਿਸੇ ਨੂੰ ਕੋਈ ਐਸੀ ਗਾਲ ਕੱਢਣੀ। ਰੱਬੇ ਜ਼ੁਲ ਜਲਾਲ ਦੀ ਕਸਮ, ਅੱਲਾ ਫਰਮਾਉਂਦੇ ਨੇ ਬੰਦਿਆ ਤੇਰੇ ਭੁੱਖਿਆਂ ਰਹਿਣ ਦਾ ਮੈਨੂੰ ਕੋਈ ਫਾਇਦਾ ਨਹੀਂ, ਅਗਰ ਤੂੰ ਰੋਜ਼ਾ ਰੱਖ ਕੇ ਵੀ ਗਾਲੀਆਂ ਕੱਢਦੀਆਂ ਨੇ, ਲੋਕਾਂ ਦੀਆਂ ਚੁਗਲੀਆਂ ਕਰਦੀਆਂ, ਕੋਈ ਫਾਇਦਾ ਨਹੀਂ ਉਸ ਰੋਜ਼ੇ ਦਾ ਜਿਹੜਾ ਰੱਖ ਕੇ ਵੀ ਬੰਦਾ ਝੂਠ ਤੋਂ ਬਾਜ਼ ਨਾ ਆਏ, ਗਾਲੀਆਂ ਤੋਂ ਬਾਜ਼ ਨਾ ਆਏ, ਲੋਕਾਂ ਨੂੰ ਬੁਰਾ ਭਲਾ ਕਹਿਣ ਤੋਂ ਬਾਜ਼ ਨਾ ਆਏ, ਕੋਈ ਫਾਇਦਾ ਨਹੀਂ ਉਸ ਬੰਦੇ ਦੇ ਰੋਜ਼ੇ ਦਾ। ਭਾਵੇਂ ਸਾਰੀ ਦਿਹਾੜੀ ਦੋ ਦਿਨ ਭੁੱਖਾ ਰਵੇ, ਕੋਈ ਫਾਇਦਾ ਨਹੀਂ। ਤੇ ਜਿਹੜਾ ਬੰਦਾ ਰੱਬ ਦੀ ਰਜ਼ਾ ਵਾਸਤੇ ਰੋਜ਼ਾ ਰੱਖ ਲੈਂਦਾ, ਹੈਂ, ਕੋਈ ਕਿਸੇ ਨੂੰ ਮੰਦਾ ਨਹੀਂ ਕਹਿਣਾ, ਰੱਬ ਦੀ ਰਜ਼ਾ ਵਾਸਤੇ ਸੁਬੋ ਫਜਰ ਤਲੂ ਹੋਣ ਤੋਂ ਪਹਿਲਾਂ ਸੈਰੀ ਕਰ ਲਈ, ਰੱਜ ਕੇ ਖਾਣਾ ਖਾ ਲਿਆ, ਉਸ ਤੋਂ ਬਾਅਦ ਫਜਰ ਅਦਾ ਕੀਤੀ, ਫਿਰ ਕੁਰਾਨ ਦੀ ਤਿਲਾਵਤ ਕੀਤੀ। ਰੱਬੇ ਜ਼ੁਲ ਜਲਾਲ ਦੀ ਕਸਮ, ਦਿਨ ਸਾਰੀ ਜ਼ਿਕਰ ਅੰਦਰ ਨੰਘਿਆ, ਦਿਨ ਸਾਰਾ ਅਜ਼ਕਾਰ ਅੰਦਰ ਨੰਘਿਆ, ਦਿਨ ਸਾਰਾ ਇਬਾਦਤ ਅੰਦਰ ਨੰਘਿਆ। ਇੱਧਰ ਸ਼ਾਮ ਹੋ ਜਾਂਦੀ ਹੈ, ਜਦੋਂ ਅਜ਼ਾਨ ਹੁੰਦੀ ਅੱਲਾਹੁ ਅਕਬਰ, ਇਹ ਬੰਦਾ ਰੋਜ਼ਾ ਇਫਤਾਰ ਕਰ ਦਿੰਦਾ ਤੇ ਆਂਦਾ ਕੀ ਹੈ, ਜ਼ਾਹਬਾ ਜ਼ਮਾਉ ਵਬਤਲਤਿਲ ਉਰੂਕੁ ਵਸਬਤਲ ਅਜਰੁ ਇਨਸ਼ਾ ਅੱਲਾਹ। ਰੋਜ਼ਾ ਸਾਰੀ ਦਿਹਾੜੀ, ਭੁੱਖ ਵੀ ਚਲੇ ਗਈ, ਪਿਆਸ ਵੀ ਚਲੇ ਗਈ ਤੇ ਅਜਰ ਵੀ ਸਾਬਤ ਹੋ ਗਿਆ। ਤੇ ਅੱਲਾ ਕੀ ਆਂਦੇ ਨੇ, ਇਹ ਮੇਰੇ ਫਰਿਸ਼ਤਿਓ ਨਮਾਜ਼ਾਂ ਦੀ ਵਾਰੀ ਆਏ, ਅਜਰ ਤੁਸੀਂ ਲਿਖਣਾ ਹੈ, ਇੱਧਰ ਨੇਕੀ ਕਰੇ ਮੇਰਾ ਬੰਦਾ, ਅਜਰ ਤੁਸੀਂ ਲਿਖਣਾ ਹੈ, ਤਾਂ ਹਜ ਤਾਂ ਪੜ੍ਹੇ, ਇਹਦਾ ਅਜਰ ਤੁਸੀਂ ਲਿਖਣਾ ਹੈ, ਬੰਦਾ ਮੇਰਾ ਕੋਈ ਵੀ ਨੇਕੀ ਕਰੇ ਇਹਦਾ ਅਜਰ ਤੁਸੀਂ ਲਿਖਣਾ ਹੈ। ਪਰ ਆਨਾ ਸਉਮੁਲੀ ਵਾਨਾ ਜਜ਼ੀਬੀ, ਮੇਰੇ ਬੰਦੇ ਨੇ ਰੋਜ਼ਾ ਮੇਰੇ ਲਈ ਰੱਖਿਆ, ਇਹਦਾ ਅਜਰ ਵੀ ਮੈਂ ਹੀ ਦੇਵਾਂਗਾ, ਇਹਦਾ ਅਜਰ ਮੈਂ ਹੀ ਅਤਾ ਕਰਾਂਗਾ। ਰੱਬੇ ਜ਼ੁਲ ਜਲਾਲ ਦੀ ਕਸਮ, ਆਮਿਨਾ ਦੇ ਲਾਲ ਜਨਾਬੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ, ਅਸੌਮੁ ਜੁਨਤੁਮ ਯਸਤਜਿੰਨੁ ਬਿਹਲ ਅਬਦੁ ਮਿਨੰਨਾਰ। ਜਿਹੜਾ ਬੰਦਾ ਰੱਬੇ ਜ਼ੁਲ ਜਲਾਲ ਦੀ ਕਸਮ ਰੋਜ਼ਾ ਰੱਖਦਾ, ਇਹ ਰੋਜ਼ਾ ਢਾਲ ਬਣ ਜਾਂਦੀ ਹੈ ਉਸ ਬੰਦੇ ਵਾਸਤੇ। ਇਹ ਜਿਹੜਾ ਰੋਜ਼ਾ, ਇਹ ਬੰਦੇ ਨੂੰ ਜਹੰਨਮ ਤੋਂ ਆਜ਼ਾਦੀਆਂ ਦੇਵੇਗਾ, ਇਸ ਬੰਦੇ ਨੂੰ ਜਹੰਨਮ 'ਚ ਨਹੀਂ ਜਾਣ ਦੇਵੇਗਾ। ਇੱਕ ਹੋਰ ਹਦੀਸ ਅੰਦਰ ਆਉਂਦਾ, ਆਮਿਨਾ ਦੇ ਲਾਲ ਅਲੀ ਸਲਾਮ ਨੇ ਫਰਮਾਇਆ, ਅਸੌਮੁ ਜੁਨਤੁਮ ਮਿਨ ਅਜ਼ਾਬਿਲਲਾਹ, ਇਹ ਅੱਲਾ ਦੇ ਅਜ਼ਾਬ ਕੋਲੋਂ ਇਸ ਬੰਦੇ ਨੂੰ ਦੂਰ ਕਰ ਦੇਗਾ। ਇਸ ਅੱਲਾ ਦੇ ਬੰਦੇ ਨੂੰ ਅੱਲਾ ਦੇ ਕੋਲੋਂ, ਅੱਲਾ ਦੇ ਅਜ਼ਾਬਾਤ ਕੋਲੋਂ ਦੂਰ ਕਰ ਦੇਗਾ, ਢਾਲ ਬਣ ਜਾਏਗਾ, ਸਖਤੀਆਂ ਨਹੀਂ ਹੋਣ ਦੇਗਾ, ਜਹੰਨਮ ਚ ਨਹੀਂ ਜਾਣ ਦੇਗਾ। ਰੱਬੇ ਜ਼ੁਲ ਜਲਾਲ ਦੀ ਕਸਮ, ਆਮਿਨਾ ਦੇ ਲਾਲ ਅਲੀ ਸਲਾਮ ਨੇ ਫਰਮਾਇਆ ਕਿ ਜਿਹੜਾ ਬੰਦਾ ਰੋਜ਼ਾ ਰੱਖਦਾ ਉਸ ਬੰਦੇ ਵਾਸਤੇ ਦੋ ਖੁਸ਼ੀਆਂ ਨੇ, ਕਿੰਨੀਆਂ ਬੋਲੋ, ਦੋ ਖੁਸ਼ੀਆਂ, ਦੋ ਖੁਸ਼ੀਆਂ। ਹਦੀਸ ਅੰਦਰ ਆਉਂਦਾ, ਅਕਾਲੀ ਸਲਾਮ ਨੇ ਫਰਮਾਇਆ, ਲਿਸਾਈਮੀ ਫਰਹਤਾਨੀ ਯਸਰਹੁਮਾ ਇਜ਼ਾ ਉਫਤਾਰਾ ਫਾਰੀਹਾ, ਜਦੋਂ ਰੋਜ਼ਾ ਇਫਤਾਰ ਕਰਦਾ ਪਹਿਲੀ ਖੁਸ਼ੀ ਉਹਦੇ ਵਾਸਤੇ, ਜਦੋਂ ਰੋਜ਼ਾ ਇਫਤਾਰ ਕਰਦਾ ਸਾਰੀ ਦਿਹਾੜੀ ਭੁੱਖਿਆਂ ਗੁਜ਼ਾਰੀ, ਸਾਰੀ ਦਿਹਾੜੀ ਪਿਆਸਿਆਂ ਪਿਆਸਿਆਂ ਗੁਜ਼ਾਰੀ, ਸਾਰੀ ਦਿਹਾੜੀ
ਦਿਹਾੜੀ ਲੋਕਾਂ ਮੰਨੇ ਵੇਂਦਾ ਰਿਹਾ, ਜ਼ਿਕਰ ਅਜ਼ਕਾਰ ਕਰਦਾ ਰਿਹਾ, ਇਹ ਨਹੀਂ ਵੇਖਿਆ ਲੋਕੀ ਕੀ ਕਰਦੇ ਨੇ, ਉਹ ਕਰਦੇ ਤੇ ਕਰੀ ਜਾਣ, ਲੇਕਿਨ ਭੁੱਖਿਆਂ ਪਿਆਸਿਆਂ ਸਾਰਾ ਦਿਨ ਗੁਜ਼ਾਰਿਆ, ਸ਼ਾਮ ਨੂੰ ਇਹਦੇ ਸਾਹਮਣੇ ਕਿਤੇ ਅੰਬ ਪਏ ਨੇ, ਕਿਤੇ ਕੇਲੇ ਪਏ ਨੇ, ਕਿਤੇ ਸੇਬ ਪਏ ਨੇ, ਕਿਤੇ ਠੰਡਾ ਪਾਣੀ ਪਿਆ ਏ। ਰੱਬੇ ਜ਼ੁਲ ਜਲਾਲ ਦੀ ਕਸਮ ਹੈ, ਇਸ ਬੰਦੇ ਨੂੰ ਉਸ ਵਕਤ ਬੜੀ ਖੁਸ਼ੀ ਆਉਂਦੀ ਹੈ ਜਦੋਂ ਸਾਹਮਣੇ ਸਾਰਾ ਕੁਝ ਹੀ ਮੌਜੂਦ ਹੁੰਦਾ ਹੈ, ਅੱਲਾ ਦਾ ਸ਼ੁਕਰ ਅਦਾ ਕਰਦਾ ਹੈ, ਅੱਲਾ ਸੋਹਣਿਆ ਪਿਆਸਾ ਮੈਂ ਰਿਹਾ ਵਾਂ, ਸਾਰਾ ਕੁਝ ਤੂੰ ਅਤਾ ਕਰ ਦਿੱਤਾ ਹੈ, ਅੱਲਾ ਰਮਜ਼ਾਨ ਦੇ ਅੰਦਰ ਬਰਕਤਾਂ ਪਾ ਦਿੰਦਾ ਹੈ, ਅੱਲਾ ਰਹਿਮਤਾਂ ਨਾਜ਼ਲ ਕਰ ਦਿੰਦਾ ਹੈ। ਫਰਮਾਇਆ ਲਿਸਾਈਮੀ ਫਰਹਤਾਨੀ ਯਸਰਹੁਮਾ, ਫਰਮਾਇਆ ਇਦਾ ਅਫਤਾਰਾ ਫਾਰੀਆ, ਪਹਿਲੀ ਖੁਸ਼ੀ ਉਦੋਂ ਹੁੰਦੀ ਹੈ ਜਦੋਂ ਬੰਦਾ ਰੋਜ਼ਾ ਇਫਤਾਰ ਕਰਦਾ, ਤੇ ਦੂਸਰੀ ਖੁਸ਼ੀ ਕਿਦੋਂ ਹੁੰਦੀ ਹੈ, ਵਾਇਦਾ ਲਕੀਆ ਰੱਬਹੁ, ਦੂਸਰੀ ਖੁਸ਼ੀ ਵਾਇਜ਼ਾ ਲਾਕੀਆ ਰੱਬਹੁ ਫਾਰੀਆ ਬਿਜ਼ੌਮੀ, ਫਰਮਾਇਆ ਜਦੋਂ ਕੱਲ ਕਿਆਮਤ ਵਾਲੇ ਦਿਨ ਅੱਲਾ ਦੇ ਸਾਹਮਣੇ ਅੱਲਾ ਦੇ ਨਾਲ ਮੁਲਾਕਾਤਾਂ ਕਰੇਗਾ, ਦੂਸਰੀ ਖੁਸ਼ੀ। ਪਹਿਲੀ ਜਦੋਂ ਇਫਤਾਰ ਕਰਦਾ, ਦੂਸਰੀ ਖੁਸ਼ੀ ਜਦੋਂ ਅੱਲਾ ਦੇ ਨਾਲ ਇਹ ਬੰਦਾ ਮੁਲਾਕਾਤਾਂ ਕਰੇਗਾ। ਰੱਬੇ ਜ਼ੁਲ ਜਲਾਲ ਦੀ ਕਸਮ ਹੈ, ਇਹ ਰਮਜ਼ਾਨ ਆਇਆ, ਮੋਮਨਾ ਲਈ ਮੌਸਮ ਬਹਾਰ ਆਇਆ ਏ, ਜਰਾ ਉੱਚੀ ਕਹਿ ਦਿਓ ਉਹ ਬੰਦਿਆ ਤੇਰੇ ਲਈ ਆਇਆ, ਗੁਨਾਹ ਕੀਤੇ ਤੇ ਮੁਆਫੀ ਮੰਗ ਲੈ, ਮੋਮਨਾ ਲਈ ਮੌਸਮ, ਮੋਮਨਾ ਲਈ ਮੌਸਮ, ਮੇਰੇ ਨਾਲ ਬੋਲੋ ਖਜ਼ਰਾ, ਮੋਮਨਾ ਲਈ ਮੌਸਮ ਬਹਾਰ ਆਇਆ ਏ, ਫੁੱਲਾਂ ਦੀ ਬਣ ਕੇ ਮਹਿਕਾਰ ਆਇਆ ਏ, ਮੋਮਨਾ ਲਈ ਮੌਸਮ, ਮੋਮਨਾ ਲਈ ਮੌਸਮ ਬਹਾਰ ਆਇਆ ਏ, ਫੁੱਲਾਂ ਦੀ ਬਣ ਕੇ ਮਹਿਕਾਰ ਆਇਆ ਏ, ਮੋਮਨਾ ਦੇ ਰਿਜ਼ਕ ਵਦਾਨ ਆਇਆ ਏ, ਸਾਰਿਆਂ ਗੁਨਾਹਾਂ ਨੂੰ ਮਿਟਾਣ ਆਇਆ ਏ, ਤੇ ਤੇਰੇ ਮੇਰੇ ਦਿਲ ਦਾ, ਤੇਰੇ ਮੇਰੇ ਦਿਲ ਦਾ ਕਰਾਰ ਆਇਆ ਏ, ਦੋਜ਼ਖਾਂ ਥੀ ਕਰਨ ਆਜ਼ਾਦ ਆਇਆ ਏ, ਲੈ ਕੇ ਅਖੂਵਤ ਤੇ ਪਿਆਰ ਆਇਆ ਏ, ਮੋਮਨਾ ਲਈ ਮੌਸਮ, ਜਰਾ ਉੱਚੀ ਕਹਿ ਦਿਓ, ਕਲਮਾ ਇਹ ਬੁਲੰਦ ਹੋ ਜਾਏ, ਪਤਾ ਲੱਗ ਜਾਏ ਕਿਹੜਾ ਕਿਹੜਾ ਰੋਜ਼ੇਦਾਰ ਆਇਆ ਬੈਠਾ, ਮੋਮਨਾ ਲਈ ਮੌਸਮ, ਮੋਮਨਾ ਲਈ ਮੌਸਮ ਹਾਰ ਆਇਆ ਏ, ਫੁੱਲਾਂ ਦੀ ਬਣ ਕੇ ਮਹਿਕਾਰ ਆਇਆ ਏ, ਤੇ ਕੰਮ ਕੀ ਕਰਨਾ, ਰੱਖ ਲਈਏ ਰੋਜ਼ੇ ਤੇ ਕੁਰਾਨ ਪੜ੍ਹੀਏ, ਆਖੋ ਇਨਸ਼ਾਅੱਲਾ, ਪੜੋਗੇ ਜ਼ਰਾ ਹੱਥ ਉਠਾ ਕੇ ਆਖੋਗਾ, ਦੋਵੇਂ ਹੱਥ ਉਠਾਣੇ ਨੇ, ਕੁਰਾਨ ਪੜੋਗੇ, ਬਾਹਰ ਵਾਲਿਆਂ ਦਾ ਨਹੀਂ ਦਿਲ ਕਰਦਾ, ਕੁਰਾਨ ਪੜੋਗੇ, ਰੋਜ਼ੇ ਰੱਖੋਗੇ ਇਨਸ਼ਾਅੱਲਾ, ਅੱਲਾ ਰੱਖਣ ਦੀ ਤੌਫੀਕ ਅਤਾ ਫਰਮਾ, ਔਰ ਰੱਖ ਲਈਏ ਰੋਜ਼ੇ ਤੇ, ਰੱਖ ਲਈਏ ਰੋਜ਼ੇ ਤੇ, ਰੱਖ ਲਈਏ ਰੋਜ਼ੇ ਤੇ ਕੁਰਾਨ ਪੜ੍ਹੀਏ, ਲੱਗੀ ਸੀੜੀ ਜੰਨਤ ਦੀ ਆਈਏ ਚੜੀਏ, ਇਹ ਜੰਨਤਾਂ ਲਈ ਕਰਨ, ਇਹ ਜੰਨਤਾਂ ਲਈ ਕਰਨ ਤੇ ਆਰ ਆਇਆ ਏ, ਇਹ ਜੰਨਤਾਂ ਲਈ ਕਰਨ ਤੇ ਆਰ ਆਇਆ ਏ, ਮੋਮਨਾ ਲਈ ਮੌਸਮ, ਭੁੱਲਣਾ ਨਹੀਂ ਗਾਲੇ ਮੇਰੇ ਨਾਲ ਪੜ੍ਹਦੇ ਜਾਓ, ਮੋਮਨਾ ਲਈ ਮੌਸਮ ਹਾਰ ਆਇਆ ਏ, ਮੋਮਨਾ ਲਈ ਮੌਸਮ ਬਹਾਰ ਆਇਆ ਏ,
साथी जरा ना अगे अगे हो जाओ, बाहर आने वाले तंग होंगे ने, जिन्हें अगे जगह पई ना, गुजारिश है मेरी अगे अगे हो जाओ, बार साथी गर्मी च बैठे ने। मोम नाले मौसम है, मोम नाले मौसम है, बहार आया है, फुल्लां दी बन के महकार आया है, जिंदगी च माहेरम सान आया जे, सुते नसीबानू जगान आया है। ते रब्बे जुलजलाल दी कसम है, मैं ते अखां नाल वेखे, शायद तुसी वेखे होण, जिहड़ा कदी पूरा साल मसीते नहीं ना वड़दा, रमजान चो भी अल्लाह नू खिच लिया हुंदा है। आ जा हुण, आ हुण दिल खिचदा मसीते दा, हुण इहदा बेली जो फड़िया गया है, इह किवें घरे रह सकदा है, ਉਹ ਬੇਲੀ ਦੇ ਮਗਰ ਤੇ ਲੱਗੇ ਰਹਿੰਦੇ ਆ। ਆ ਸ਼ੈਤਾਨ ਬੇਈਮਾਨ, ਇਹਦੇ ਮਗਰ ਤੇ ਲੱਗੇ ਰਹਿੰਦੇ ਆ। ਪਰ ਕਿਸਮਤਾਂ ਵਾਲੇ ਨੇ ਜਿਹੜੇ ਰਮਜ਼ਾਨ 'ਚ ਵੀ ਆਉਂਦੇ ਨੇ, ਪੂਰਾ ਸਾਲ ਸਾਲ ਹੀ ਆਉਂਦੇ ਨੇ। ਔਰ ਜ਼ਿੰਦਗੀ 'ਚ ਮਾਹੇ ਰਮਜ਼ਾਨ ਆਇਆ ਜੇ, ਸੁੱਤੇ ਆ ਨਸੀਬਾਂ ਨੂੰ ਜਗਾਣ ਆਇਆ ਜੇ, ਮਾਹੇ ਗੁਫਰਾਨ ਮਨ ਠਾਰ ਆਇਆ ਏ, ਮੋਮਨਾ ਲਈ ਮੌਸਮ, ਮੋਮਨਾ ਲਈ ਮੌਸਮ, ਮੋਮਨਾ ਲਈ, ਅੱਜ ਦੋਵੇਂ ਤੱਕ ਇਨਸ਼ਾਅੱਲਾ ਚੱਲ ਹੈਗਾ, ਮੋਮਨਾ ਲਈ ਮੌਸਮ ਹਾਰ ਆਇਆ ਏ, ਇਹ ਜੰਨਤਾਂ ਲਈ ਕਰਨ ਤਿਆਰ ਆਇਆ ਏ, ਔਰ ਚੰਦਰ ਸ਼ੈਤਾਨਾਂ ਦੀ ਲਗਾਏ ਜਾਂਦੇ ਨੇ, ਚੰਦਰ ਸ਼ੈਤਾਨਾਂ ਦੀ, ਚੰਦਰ ਸ਼ੈਤਾਨਾਂ ਦੀ ਲਗਾਏ ਜਾਂਦੇ ਨੇ, ਜੰਨਤਾਂ ਬਗਾਤ ਵੀ ਸਜਾਏ ਜਾਂਦੇ ਨੇ। ਜ਼ਰਾ ਉੱਚੀ ਕਹਿ ਦਿਓ ਸੁਭਾਨ ਅੱਲਾਹ। ਆ ਜਿਹੜਾ ਜੰਨਤ 'ਚ ਜਾਣਾ ਚਾਹੁੰਦਾ ਫਿਰ ਕਹਿ ਦੇ ਸੁਭਾਨ, ਜਿਹੜਾ ਨਬੀ ਦਾ ਸਾਥ ਚਾਹੁੰਦਾ ਫਿਰ ਕਹਿ ਦੇ ਸੁਭਾਨ। ਆ ਕੱਲ ਕਿਆਮਤ ਨੂੰ ਜਿਹੜਾ ਹੋਜ਼ੇ ਕੋਸਰ ਦਾ ਪਾਣੀ ਪੀਣਾ ਚਾਹੁੰਦਾ ਇੱਕ ਵਾਰੀ ਵੱਜ ਕੇ ਖੜਕਾ ਕੇ ਕਹਿ ਦੇ ਸੁਭਾਨ ਅੱਲਾਹ। ਚੰਦਰ ਸ਼ੈਤਾਨਾਂ ਦੀ, ਚੰਦਰ ਸ਼ੈਤਾਨਾਂ ਦੀ ਲਗਾਏ ਜਾਂਦੇ ਨੇ, ਜੰਨਤਾਂ ਬਗਾਤ ਵੀ ਸਜਾਏ ਜਾਂਦੇ ਨੇ, ਇਹ ਜੰਨਤਾਂ ਲਈ ਕਰਨ, ਇਹ ਜੰਨਤਾਂ ਲਈ ਕਰਨ ਤਿਆਰ ਆਇਆ ਏ, ਮੋਮਨਾ ਲਈ ਮੌਸਮ ਆਇਆ ਏ, ਮੋਮਨਾ ਲਈ ਮੌਸਮ ਬਹਾਰ ਆਇਆ ਏ। ਰੱਬੇ ਜ਼ੁਲ ਜਲਾਲ ਦੀ ਕਸਮ, ਬੰਦਿਆਂ ਨੇਕੀਆਂ ਕਰ ਲੈ ਜਿੰਨੀਆਂ ਵੀ ਕਰ ਸਕੇ, ਇਹ ਰਮਜ਼ਾਨ ਦਾ ਮਹੀਨਾ ਆਇਆ, ਤੇਰੇ ਗੁਨਾਹਾਂ ਨੂੰ ਮਿਟਾਉਣ ਆਇਆ, ਤੂੰ ਨਫਲ ਪੜੇਗਾ ਅੱਲਾ ਫਜ਼ਰ ਦਾ ਫਰਜ਼ ਦਾ ਅਦਾ ਸਵਾਬ ਅਦਾ ਕਰੇਗਾ, ਤੂੰ ਫਰਜ਼ ਅਦਾ ਕਰੇਗਾ ਅੱਲਾ 70 ਫਰਜ਼ਾਂ ਦਾ ਸਵਾਬ ਦੇਵੇਗਾ, ਬੰਦਿਆ ਤੂੰ ਨੇਕੀ ਥੋੜੀ ਕਰੇਗਾ ਅਜਰ ਅੱਲਾ ਬਹੁਤਾ ਅਦਾ ਕਰੇਗਾ। ਇਹ ਰਮਜ਼ਾਨ ਦਾ ਮਹੀਨਾ ਆਇਆ, ਇਹਨੂੰ ਐਵੇਂ ਨਾ ਨਗਾ ਦਈ, ਪਤਾ ਨਹੀਂ ਲੱਗਣਾ ਕਦੋਂ ਆਇਆ ਸੀ ਤੇ ਕਦੋਂ ਗੁਜ਼ਰ ਗਿਆ ਏ। ਮਾਹੇ ਰਮਜ਼ਾਨ ਆਇਆ, ਰਹਿਮਤਾਂ ਦੀ ਜੂਲਦਾ, ਰੱਬੇ ਜ਼ੁਲ ਜਲਾਲ ਦੀ ਕਸਮ ਹੈ, ਉਹ ਬੰਦੇ ਬੜੇ ਨੇਕ ਨੇ, ਉਹ ਬੰਦੇ ਜਿਹੜੇ ਨੇ ਅੱਲਾ ਨੂੰ ਯਾਦ ਕਰਨ ਵਾਲੇ, ਉਹ ਬੜਾ ਹੀ ਨੇਕੀ ਦਾ ਕੰਮ ਕਰਨ ਵਾਲੇ, ਜਿਹੜੇ ਰਮਜ਼ਾਨ ਅੰਦਰ ਰੋਜ਼ੇ ਰੱਖਦੇ ਨੇ, ਅੱਲਾ ਦੀ ਯਾਦ ਕਰਦੇ ਨੇ। ਰੱਬੇ ਜ਼ੁਲ ਜਲਾਲ ਦੀ ਕਸਮ ਹੈ, ਨਹੀਂ ਤਾਂ ਬੜੇ ਬੜੇ ਬਦ ਨਸੀਬ ਜਿਹੜੇ ਅੱਲਾ ਨੂੰ ਯਾਦ ਨਹੀਂ ਕਰਦੇ। ਫਰਮਾਇਆ ਮਾਹੇ ਰਮਜ਼ਾਨ ਆਇਆ, ਰਹਿਮਤਾਂ ਦੀ ਜੂਲਦਾ, ਬੰਦਿਆ ਸਭ ਕੰਮ ਛੱਡ ਦੇ ਜੋ ਹੈ ਫਜ਼ੂਲ ਦਾ, ਲੱਗ ਗਈ ਏ ਮੰਡੀ ਲੋਗੋ ਕੈਸਾ ਸਜਿਆ ਬਾਜ਼ਾਰ, ਸੋਹਣੀ ਸੋਹਣੀ ਜਿਨਸ ਆਈ ਢੇਰ ਤੇ ਅਮਾਰ ਤੇ, ਲੁੱਟ ਲਿਓ ਪਿਆਰਿਓ ਸੌਦਾ ਅਨਮੋਲ ਦਾ, ਮਾਹੇ ਰਮਜ਼ਾਨ ਆਇਆ, ਰਹਿਮ
ਰਹਿਮਤਾਂ ਦੀ ਝੂਲਦਾ ਤੇ ਉੱਠ ਸੈਰੀ ਵੇਲੇ ਕਰ ਸੈਰੀ ਦੀਆਂ ਤਿਆਰੀਆਂ ਕਰ ਦਿਓ ਸੈਰੀ ਅਕਾਲੀ ਸਲਾਮ ਨੇ ਫਰਮਾਇਆ ਸੈਰੀ ਕਰਿਆ ਕਰੋ ਅੱਲਾ ਨੇ ਸੈਰੀ ਚ ਬਰਕਤ ਰੱਖੀ ਏ ਤੇ ਅਹਲੇ ਕਿਤਾਬ ਸੈਰੀ ਨਹੀਂ ਕਰਦੇ ਇਸ ਵਜ੍ਹਾ ਤੋਂ ਅੱਗੇ ਸੈਰੀ ਕਰਿਆ ਕਰੋ ਕੋਈ ਚੀਜ਼ ਮਿੱਠੀ ਵੀ ਜ਼ਰੂਰ ਖਾ ਲਿਆ ਕਰੋ ਆਕਾ ਫਰਮਾਉਂਦੇ ਨੇ ਉੱਠ ਸੈਰੀ ਵੇਲੇ ਕਰ ਸੈਰੀ ਦੀਆਂ ਤਿਆਰੀਆਂ ਸੁੱਤੇ ਰਹਿਣ ਜਿੰਨਾ ਦੀਆਂ ਕਿਸਮਤਾਂ ਨੇ ਮਾਰੀਆਂ ਮੰਨਿਆ ਨਹੀਂ ਕਹਿਣਾ ਉਹਨਾਂ ਰੱਬ ਤੇ ਰਸੂਲ ਦਾ ਮਾਹ ਰਮਜ਼ਾਨ ਆਇਆ ਰਹਿਮਤਾਂ ਦੀ ਝੂਲਦਾ ਤੇ ਰੱਬੇ ਜ਼ੁਲ ਜਲਾਲ ਦੀ ਕਸਮ ਹੈ ਇੱਕ ਨੇਕੀ ਕਰੀਏ 70 ਨੇਕੀਆਂ ਦਾ ਫਾਇਦਾ ਏ ਇੱਕ ਨੇਕੀ ਕਰੀਏ 70 ਨੇਕੀਆਂ ਦਾ ਫਾਇਦਾ ਏ ਮੋਮਨਾ 10 ਕਾਟਾ ਤੈਨੂੰ ਕਹਦਾ ਏ ਰੋਜ਼ਾ ਰੱਖ ਕੇ ਤੇ ਕੰਮ ਕਰੀ ਨਾ ਫਜ਼ੂਲ ਦਾ ਮਾਹੇ ਰਮਜ਼ਾਨ ਆਇਆ ਰਹਿਮਤਾਂ ਦੀ ਝੂਲਦਾ ਤੇ ਦੋ ਖੁਸ਼ੀਆਂ ਰੋਜ਼ੇਦਾਰਾਂ ਹੁੰਦੀਆਂ ਨਸੀਬ ਨੇ ਦੋ ਖੁਸ਼ੀਆਂ ਰੋਜ਼ੇਦਾਰਾਂ ਹੁੰਦੀਆਂ ਨਸੀਬ ਨੇ ਇਹ ਗੱਲਾਂ ਦਸੀਆਂ ਸਾਨੂੰ ਮਦੀਨੇ ਦੇ ਤਬੀਬ ਨੇ ਇੱਕ ਖੁਸ਼ੀ ਸ਼ਾਮ ਵੇਲੇ ਰੋਜ਼ਾ ਜਦੋਂ ਖੋਲੀਦਾ ਹੁਣ ਤੇ ਨਹੀਂ ਛੱਡ ਦੇਣਾ ਬੋਲੋ ਵੀ ਠੰਡਾ ਪਾਣੀ ਵੇਖ ਕੇ ਛੱਡ ਦਿਓ ਹੈਂ ਸਬਰ ਕਰਨਾ ਇਹ ਸਬਰ ਦਾ ਮੇਰੇ ਕੋਲ ਟਾਈਮ ਆਉਂਦਾ ਇਨਸ਼ਾਅੱਲਾ ਸਬਰ ਦੇ ਬਾਰੇ ਵੀ ਦੱਸਦਾ ਲੇਕਿਨ ਵਕਤ ਥੋੜਾ ਹੈ ਰੱਬੇ ਜ਼ੁਲ ਜਲਾਲ ਦੀ ਕਸਮ ਇੱਕ ਖੁਸ਼ੀ ਜਦੋਂ ਰੋਜ਼ਾ ਜਦੋਂ ਖੋਲੀਦਾ ਮੁਲਾਕਾਤ ਮਾਹੇ ਰਮਜ਼ਾਨ ਆਇਆ ਰਹਿਮਤਾਂ ਦੀ ਝੂਲਦਾ ਦੂਜੀ ਖੁਸ਼ੀ ਹੋਵੇ ਜਦੋਂ ਜਨਤਾ ਨੂੰ ਜਾਵਣਾ ਅੱਲਾ ਸਾਰਿਆਂ ਨੂੰ ਜੰਨਤ ਚ ਲੈ ਜਾ ਜਰਾ ਉੱਚੀ ਕਹਿ ਦਿਓ ਅੱਲਾ ਰਮਜ਼ਾਨ ਦਾ ਮਹੀਨਾ ਮੁਸਾਫਰ ਵਾਂ ਤੇਰੇ ਕੋਲੋਂ ਦੁਆ ਕਰ ਰਿਹਾ ਅੱਲਾ ਸੋਹਣਿਆ ਜਿੰਨੇ ਵੀ ਆਏ ਮੇਰੀਆਂ ਮਾਵਾਂ ਭੈਣਾਂ ਆਈਆਂ ਜਿੰਨਾ ਵੀ ਆਏ ਲੋਕ ਤਸ਼ਰੀਫ ਲੈ ਕੇ ਆਏ ਅੱਲਾ ਸਭ ਨੂੰ ਜੰਨਤ ਦੇ ਅੰਦਰ ਐਵੇਂ ਇਕੱਠਿਆਂ ਕਰਦਾ ਅੱਲਾ ਐਵੇਂ ਜਮਾ ਫਰਮਾ ਦੇ ਹਾਏ 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 ਦੂਸਰੀ ਖੁਸ਼ੀ ਕਦੋਂ ਹੈ ਦੂਜੀ ਖੁਸ਼ੀ ਹੋਵੇ ਜਦੋਂ ਜੰਨਤਾਂ ਨੂੰ ਜਾਵਣਾ ਮੁਲਾਕਾਤ ਰੱਬ ਦੀ ਦੀਦਾਰ ਜਦੋਂ ਪਾਵਣਾ ਤੇ ਰੱਬੇ ਜ਼ੁਲ ਜਲਾਲ ਦੀ ਕਸਮ ਹੈ ਔਰ ਰੱਬੇ ਜ਼ੁਲ ਜਲਾਲ ਦੀ ਕਸਮ ਹੈ ਮੋਮਨਾ ਵਾਸਤੇ ਖੁਸ਼ੀਆਂ ਨੇ ਜਿਹੜੇ ਬੰਦੇ ਰਮਜ਼ਾਨ ਦੇ ਰੋਜ਼ੇ ਰੱਖਦੇ ਨੇ ਰਮਜ਼ਾਨ ਦੇ ਅੰਦਰ ਜ਼ਿਆਦਾ ਤੋਂ ਜ਼ਿਆਦਾ ਨੇਕੀਆਂ ਕਰਦੇ ਨੇ ਅੱਲਾ ਦੇ ਕੋਲੋਂ ਡਰਦੇ ਨੇ ਰੱਬੇ ਜ਼ੁਲ ਜਲਾਲ ਦੀ ਕਸਮ ਹੈ ਜੰਨਤਾਂ ਨੂੰ ਜਾਵੇ ਬੰਦਾ ਖੁਸ਼ੀ ਖੁਸ਼ੀ ਝੂਲਦਾ ਕਈ ਕਿਆਮਤ ਵਾਲੇ ਦਿਨ ਨਾਮਾ ਮਾਲ ਫੜਾ ਆਏਗਾ ਓ ਵੇਖੋ ਅੱਲਾ ਨੇ ਮੈਨੂੰ ਜੰਨਤ ਦਾ ਨਾਮਾ ਮਾਲ ਦੇ ਦਿੱਤਾ ਸਾਡੀ ਵਕੇੜਾ ਤਾਕ ਤੇ ਕਈ ਬਦਬਖਤ ਐਸੇ ਜਿਨ੍ਹਾਂ ਦੇ ਖੱਬੇ ਹੱਥ 'ਚ ਮਾਲ ਨਾਮਾ ਦਿੱਤਾ ਜਾਏਗਾ ਇਹ ਜਹਨਮ ਨੂੰ ਜਾ ਰਹੇ ਨੇ ਤੇ ਜਿਹੜੇ ਰੋਜ਼ੇਦਾਰ ਨੇ ਆਮਿਨਾ ਦੇ ਲਾਲ ਨੇ ਫਰਮਾਇਆ ਇਹ ਜੰਨਤ ਦੇ ਅੰਦਰ ਇੱਕ ਐਸਾ ਦਰਵਾਜ਼ਾ ਹੈ ਜਿਹਦਾ ਨਾਮ ਬਾਬੂ ਰਿਹਾਨ ਕੀ ਨਾਮ ਹੈ ਥੱਕ ਗਏ ਹੋ ਲੱਗਦਾ ਥੱਕ ਗਏ ਹੈ ਰੋਜ਼ਾ ਵਾਹਵਾ ਲੱਗ ਗਿਆ ਇਹਦਾ ਨਾਮ ਕੀ ਹੈ ਬਾਬੂ ਰਿਆਨ ਆਮਿਨਾ ਦੇ ਲਾਲ ਅਲੀ ਸਲਾਮ ਨੇ ਫਰਮਾਇਆ ਇਹਦੇ ਅੰਦਰੋਂ ਗੁਜ਼ਰੇਗਾ ਤੇ ਰੋਜ਼ੇਦਾਰ ਹੀ ਗੁਜ਼ਰੇਗਾ ਇਸ ਤੋਂ ਇਲਾਵਾ ਕੋਈ ਨਹੀਂ ਜਾ ਸਕੇਗਾ ਤੇ ਜਿਹਨੂੰ ਨਾਮਾ ਜਾਂ ਮਾਲ ਮਿਲ ਗਿਆ ਜੰਨਤ ਦਾ ਸਰਟੀਫਿਕੇਟ ਲੱਭ ਗਿਆ ਔਰ ਰੱਬੇ ਜ਼ੁਲ ਜਲਾਲ ਦੀ ਅਸਮਤ ਨੂੰ ਗਵਾਹ ਬਣਾ ਕੇ ਆਉਣਾ ਜਬ ਤੱਕ ਇਸ ਜਿੰਦ
اندر جان رہے گی منہ اندر زبان رہے گی میں علامہ یزدانی دی للکار لے کے اونا دی آواز لے کے گلی گلی کوچا کوچا کریا کریا رب دا قرآن سنان دا رہا گا آمینہ دے لال دا فرمان پہنچان دا رہا گا ربے زل جلال دی قسم اے جنتی بندہ اے جڑا روزے دار ہے جنتانو جاوے بندہ خوشی خوشی جولدا مومنا ماہ رمضان آیا ماہ رمضان آیا رحمتاں دی جولدا بندیا تو کم چھڑ دے جو ہے فضول دا رب ذوالجلال دی قسم آمینہ دلال جناب محمد صلی اللہ علیہ وسلم نے فرمایا میں گل مکدی مقاما اکلی صلات و سلام نے فرمایا جیڑا بندہ الصلوات الخمس من صام رمضان من قام رمضان اکلی صلات و سلام نے فرمایا الصلوات الخمس جیڑا بندہ دن چ پانچ نمازاں پڑھدا ہے ول جمعہ تو ال الجمعہ تی ایک جمعے تو بعد دوسرا جمعہ ادا کردا ہے و رمضان ال رمضان ایک رمضان تو بعد دوسرے رمضان دے روزے رکھدا ہے فرمایا مکفرات ما بینہن اذا اجتنب الکبائر اللہ اس بندے دے صغیرہ سارے گناہ معاف کر دیندا ہے بشرطے کہ کبیرہ تو بچدا رہے جمعہ ادا کیتا ہے دوسرے جمعے تک اللہ سارے صغیرہ گناہوں نو معاف کر دیندا ہے ایک رمضان دے روزے رکھے نے دوسرے رمضان تک اللہ سارے گناہ صغیرہ گناہ معاف فرما دیندا ہے بشرطے کہ کبیرہ گناہوں تو بچدا رہے رب ذوالجلال دی قسم ہے میں گل مکدی مکاواں آمینہ دلال جناب محمد صلی اللہ علیہ وسلم نے فرمایا تے اللہ دا قرآن بھی اعلان پیا کردا ہے اور جیڑے بندے روزے رکھ دے نے کون روزے رکھ دے نے اے نواز تے مغفرت دا اعلان ہے اللہ فرمان دے نے ان المسلمین والمسلمات اور قرآن سننا بھی ثواب ہے قرآن پڑھنا بھی میں قرآن سنا رہا فرمایا اور رب ذوالجلال دی قسم میرے قائد یزدانی شہید نے قرآن پڑھنا دل جھوم اٹھنا انگ انگ لول جھوم اٹھنا اج فیصل آبادیو تسی بھی جھوم اٹھو ان المسلمین والمسلمات والمؤمنات والقانتین والقانتات والصادقین والصادقات والمتصدقین والمتصدقات والصائمین والصائمین والصائمين والصائمات والحافظين فروجهم والحافظات والذاكرين الله كثيرا والذاكرات أعد الله لهم مغفرة وأجرا عظيما فرمایا مسلمان مرد مسلمان عورتاں مومن مرد مومن عورتاں رب ذوالجلال دی قسم سچ بولن والے مرد سچ بولن والیاں عورتاں صدقہ کرن والے مرد صدقہ کرن والیاں عورتاں روزے رکھن والے مرد تے روزے رکھن والیاں عورتاں اپنے پردے وجود دی حفاظت کرن والے مرد اپنے پردے وجود دی حفاظت کرن والیاں عورتاں فرمایا جڑا اے سارا کم کردیاں نے وذاکرین اللہ کثیرا وذاکرات اللہ نو کثرت دے نال زیادہ تو زیادہ یاد کردے نے فرمایا آد اللہ لہم مغفرتا و اجرا عظیما
ਅੱਲਾ ਨੇ ਇਹਨਾਂ ਵਾਸਤੇ ਬਖਸ਼ਿਸ਼ ਦਾ ਐਲਾਨ ਕੀਤਾ ਹੈ, ਤੇ ਨਾਲੇ ਅੱਲਾ ਆਂਦੇ ਨੇ ਮੈਂ ਅਜਰ ਅਜ਼ੀਮ ਇਹਨਾਂ ਲਈ ਤਿਆਰ ਕੀਤਾ ਹੈ। ਰੱਬੇ ਜ਼ੁਲ ਜਲਾਲ ਦੀ ਕਸਮ ਹੈ, ਆਖਰੀ ਹਦੀਸ ਸੁਣਾਵਾਂ, ਆਪਣੀ ਬਾਤ ਨੂੰ ਖਤਮ ਕਰਾਂ। ਆਮਿਨਾ ਦੇ ਲਾਲ ਅਲੀ ਸਲਾਮ ਨੇ ਫਰਮਾਇਆ, ਮਨ ਸਾਮਾ ਰਮਜ਼ਾਨ ਸੁਮਾ ਅਤਬਾਹੁ ਸਿੱਤਨ ਮਿਨ ਸ਼ਵਾਲਿਨ ਕਾਨਾ ਕਸੀਆ ਮਿਤਹਰ। ਮਨ ਸਾਮਾ ਜਿਨੇ ਰੋਜ਼ੇ ਰੱਖੇ ਰਮਜ਼ਾਨ ਰਮਜ਼ਾਨ ਦੇ, ਸੁਮਾ ਅਤਬਾਉ ਸਿੱਤਨ ਫਿਰ ਸ਼ਵਾਲ ਦੇ ਛੇ ਰੋਜ਼ੇ ਰੱਖੇ, ਸੁਮਾ ਫਿਰ ਅਤਬਾਉ ਪੈਰਵੀ ਕਰਦੇ ਹੋਇਆ ਸਿੱਤਨ ਛੇ ਰੋਜ਼ੇ ਰੱਖੇ, ਮਿਨ ਸ਼ਵਾਲ ਸ਼ਵਾਲ ਦੇ, ਕਾਨਾ ਕਸੀਆ ਮਿਤਹਰ। ਉਹ ਬੰਦਾ ਐਵੇਂ ਹੀ ਹੈ ਜਿਵੇਂ ਪੂਰੀ ਜ਼ਿੰਦਗੀ ਰੋਜ਼ੇ ਰੱਖਦਾ ਰਿਹਾ। ਆਖੋ ਸੁਭਾਨ ਅੱਲਾ। ਜਿਹਨੇ ਰਮਜ਼ਾਨ ਦੇ ਰੋਜ਼ੇ ਰੱਖੇ, ਉਸ ਤੋਂ ਬਾਅਦ ਫਿਰ ਸ਼ਵਾਲ ਦੇ ਛੇ ਰੋਜ਼ੇ ਰੱਖੇ। ਆਕ ਅਲੀ ਸਲਾਮ ਨੇ ਫਰਮਾਇਆ, ਉਹ ਬੰਦਾ ਐਵੇਂ ਜਿਵੇਂ ਪੂਰੀ ਜ਼ਿੰਦਗੀ ਰੋਜ਼ੇ ਰੱਖਦਾ ਰਿਹਾ। ਅੱਲਾ ਸਾਨੂੰ ਸਾਰਿਆਂ ਨੂੰ ਆਪਣੇ ਕੁਰਾਨ ਨਬੀ ਦੇ ਫਰਮਾਨ 'ਚੋਂ ਅਮਲ ਦੀ ਤੌਫੀਕ ਅਤਾ ਫਰਮਾਏ। ਵਾ ਆਖਰੁ ਦਾਵਾਨਾ ਅਨਿਲ ਹਮਦੁਲਿਲਾਹ ਰੱਬਿਲ ਆਲਮੀਨ।